ਅੱਜ ਸਾਨੂੰ ਲੱਗ ਰਿਹਾ ਸੀਗਾ ਵੀ ਪੈਂਡਲ ਮਾਰਚ ਵਾਲੇ ਦਿਨ ਕਾਫੀ ਸੰਗਤ ਇਕੱਠੀ ਹੋਈ ਸੀ ਵੀ ਅੱਜ ਐਤਵਾਰ ਕਰਕੇ ਅਸੀਂ ਵੀ ਥੋੜੇ ਜਿਹੇ ਲੇਟ ਉੱਠੇ ਵੀ ਚੱਲ ਹੋ ਸਕਦਾ ਵੀ ਥੋੜਾ ਜਿਹਾ ਇਕੱਠ ਘੱਟ ਹੋਵੇ, ਪਰ ਬੜੀ ਮਾਣ ਵਾਲੀ ਗੱਲ ਹੈ, ਖੁਸ਼ੀ ਦੀ ਗੱਲ ਹੈ ਕਿ ਤੁਹਾਡਾ ਜਿਹੜਾ ਇਕੱਠ ਹੈ ਤਿਉਂ ਜਿਉਂ ਦੀ ਤਿਉਂ ਬਰਕਰਾਰ ਹੈ। ਤੁਸੀਂ ਸਿੱਧੂ ਦਾ ਪਰਿਵਾਰ ਹੋ, ਸਾਡਾ ਪਰਿਵਾਰ ਹੋ। ਬਾਕੀ ਗੱਲ ਰਹੀ ਰਾਜੇ ਜਿਹੜੇ ਆ ਸਿੰਗਰਾਂ ਬਾਰੇ, ਆਪਾਂ ਇਹਨਾਂ ਨੂੰ ਕੁਛ ਨਹੀਂ ਬੋਲਣਾ ਸਿੰਗਰਾਂ ਨੂੰ ਕਿਸੇ ਨੂੰ, ਹੈ ਨਾ। ਕੋਈ ਕੁਛ ਕਰਦਾ, ਅਖਾੜੇ ਲਾਵੇ, ਸ਼ੋਅ ਲਾਵੇ, ਕੋਈ ਗੀਤ ਬਣਾਵੇ, ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ। ਹੁਣ ਕਹਿੰਦੇ ਹੈਗੇ ਵੀ ਸਿੱਧੂ ਨੂੰ ਟ੍ਰਿਬਿਊਟ ਨਹੀਂ ਆਹ ਨਹੀਂ ਦਿੱਤਾ ਹੈਗੀ ਵੀ ਇਹਨਾਂ ਨੇ ਦੋ ਸ਼ਬਦ ਲਿਖ ਕੇ ਨਹੀਂ ਪਾਏ। ਆਪਾਂ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਆਪਣਾ ਪਰਿਵਾਰ ਬਹੁਤ ਵੱਡਾ। ਸਿੱਧੂ ਪਹਿਲਾਂ ਵੀ ਇਕੱਲਾ ਸੀ, ਉਹਦੇ ਨਾਲ ਸਾਰਾ ਉਹਦਾ ਪਰਿਵਾਰ ਸੀ। ਸਿੱਧੂ ਹੁਣ ਵੀ ਇਕੱਲੇ ਹੀ ਹੈ, ਆਪਾਂ ਵੀ ਇਕੱਲੇ ਹਾਂ। ਆਪਾਂ ਨੂੰ ਉਹਨਾਂ ਦੀ ਸਹਿਮਤੀ ਲੈਣ ਦੀ ਕੋਈ ਜ਼ਿਆਦਾ ਲੋੜ ਨਹੀਂ ਹੈਗੀ। ਮੈਂ ਉਦੋਂ ਵੀ ਕਿਹਾ ਸੀ ਵੀ ਨਾ ਤਾਂ ਅਸੀਂ ਕੋਈ ਐਂ ਕਹਿੰਦੇ ਵੀ ਉਹ ਸਾਡਾ ਰਾਗ ਲਾਪੀ ਜਾਣ ਵੀ ਸਿੱਧੂ ਆਹ ਹੋ ਗਿਆ ਜੀ, ਸਿੱਧੂ ਨੂੰ ਐਂ ਹੋ ਗਿਆ ਜੀ, ਆਪਾਂ ਇਹ ਵੀ ਨਹੀਂ ਕਹਿੰਦੇ। ਪਹਿਲਾਂ ਉਹਦੇ ਇਹੀ ਆਖਿਆ ਸੀ ਵੀ ਸਟੇਜਾਂ 'ਤੇ ਜਾ ਕੇ ਉਹਦਾ ਨਾਂ ਲੈ ਕੇ ਥਾਪੀਆਂ ਨਾ ਮਾਰਨ। ਬਸ ਥਾਪੀ ਤਾਂ ਇਕੱਲੇ ਸਿੱਧੂ ਦੀ ਸੀ, ਜਾਂ ਸਾਡੀ ਕਬੱਡੀ ਜਗਤ ਦੀ ਸੀ, ਜਾਂ ਜਿਹੜੇ ਬੱਚੇ ਡਿਗਰੀਆਂ ਲੈ ਕੇ ਮਾਣ ਨਾਲ ਥਾਪੀਆਂ ਮਾਰਦੇ ਨੇ ਉਹਨਾਂ ਦੀ ਸੀ, ਅਤੇ ਇਹਦੇ 'ਤੇ ਸਿੰਗਰਾਂ ਦਾ ਕੋਈ ਹੱਕ ਨਹੀਂ, ਸਿਰਫ ਸਿੱਧੂ ਦੀ ਹੱਕ ਸੀ। ਸਿੱਧੂ ਨੇ ਥਾਪੀ ਨੂੰ ਕਿੱਥੇ ਤੱਕ ਪਹੁੰਚਾਇਆ। ਜਦੋਂ ਬੱਚੇ ਡਿਗਰੀ ਲੈ ਕੇ ਥਾਪੀ ਮਾਰ ਕੇ ਬਾਹਰ ਨਿਕਲਦੇ, ਸਾਡੇ ਵਾਸਤੇ ਮਾਣ ਵਾਲੀ ਗੱਲ ਹੈ। ਕਰਾਊਂਡ ਸਥਾਪੀ ਹੋਏਗੀ ਹੈ ਉਦੋਂ ਸਾਡਾ ਮਾਣ ਨਾਲ ਸਰੂਚਾ ਹੁੰਦਾ ਹੈ, ਪਰ ਜਦੋਂ ਸਿੰਗਰ ਮਾਰਦੇ ਆ ਨਾ ਉਦੋਂ ਸਾਡਾ ਮਨ ਦੁਖੀ ਹੁੰਦਾ ਹੈ, ਕਿਉਂਕਿ ਜਿਉਂਦੇ ਨੇ ਉਹਦੇ ਨਾਲ ਕੋਈ ਵੀ ਨਹੀਂ ਖੜਿਆ। ਜਿਉਂਦੇ ਨੇ ਉਹਨਾਂ ਉਹਦੀਆਂ ਲੱਤਾਂ ਹੀ ਖਿੱਚੀਆਂ ਜਿਉਂਦੇ ਦੀਆਂ ਤਾਂ ਉਹਨਾਂ ਨੇ। ਇਹ ਜਿਹੜੇ ਹੁਣ ਫੇਸਬੁੱਕ ਦੇ ਕੁਛ ਕੁ ਵਿੱਚ ਹੈਗੇ ਆ ਛੱਡੇ ਹੋਏ, ਉਹਨਾਂ ਨੂੰ ਨਹੀਂ ਪਤਾ ਵੀ ਸਿੱਧੂ ਨਾਲ ਕੀ ਹੋਇਆ। ਉਹਨੇ 4 ਸਾਲ ਜਿਹੜੇ ਜੀਵਨ ਦੇ ਗੁਜ਼ਾਰੇ ਆਪਦੇ, ਉਹ ਜਾਂ ਤਾਂ ਸਾਨੂੰ ਮਾਂ ਪਿਓ ਨੂੰ ਪਤਾ ਵੀ ਉਹ ਕਿੰਨੇ ਪ੍ਰੈਸ਼ਰ ਦੇ ਵਿੱਚ ਰਹਿੰਦਾ ਸੀ, ਜਾਂ ਸਾਨੂੰ ਪਤਾ, ਸਾਨੂੰ ਪਤਾ ਹੀ, ਸਾਰਿਆਂ ਨੂੰ ਪਤਾ ਸੀ ਵੀ ਇੱਕ ਗਾਣਾ ਕੱਢਦਾ ਸੀ ਉਹਦੇ 'ਚੋਂ ਹਜ਼ਾਰ ਹਜ਼ਾਰ ਟਿੱਪਣੀਆਂ ਕਰਕੇ, ਅਤੇ ਉਹਨੂੰ ਵਿਚਾਰੇ ਮੇਰੇ ਨਾਲ ਖੱਜਲ ਕਰਦੇ ਸੀਗੇ ਇਹ ਲੋਕ, ਅਤੇ ਅੱਜ ਉਹ ਸਹਿਮਤੀਆਂ ਜਿਤਾਉਂਦੇ ਫਿਰਦੇ ਨੇ। ਆਪਾਂ ਨੂੰ ਉਹਨਾਂ ਦੀ ਸਹਿਮਤੀ ਦੀ ਕੋਈ ਲੋੜ ਨਹੀਂ, ਤੁਸੀਂ ਸਾਡਾ ਪਰਿਵਾਰ ਹੈਗੇ ਹੋ, ਸਾਨੂੰ ਤੁਹਾਡੇ ਨਾਲ ਸਭ ਕੁਛ ਮਾਣ ਮਿਲਦਾ, ਸਾਨੂੰ ਹੌਸਲਾ ਮਿਲਦਾ, ਤੁਹਾਡੇ ਸਹਾਰੇ ਅਸੀਂ ਜਾਣੀ ਕਿ ਰੋਜ਼ ਦਿਨ ਭਰ ਦਿਨ ਸਾਡਾ ਫਰਕ ਪੈਂਦਾ ਵੀ ਨਹੀਂ ਸਾਡਾ ਸਿੱਧੂ ਗਿਆ ਨਹੀਂ, ਸਾਡਾ ਸਿੱਧੂ ਤਾਂ ਇੰਨਾ ਹੀ ਦਿਸਦਾ ਸਾਨੂੰ। ਮੈਨੂੰ ਜਦੋਂ ਘਰ ਵੱਲ ਦੇਖਦੇ ਹਾਂ ਜਾਂ ਵੀ ਢਿੱਡ ਵੱਲ ਦੇਖਦੇ ਹਾਂ ਉਦੋਂ ਤਾਂ ਸਾਨੂੰ ਲੱਗਦਾ ਹੈਗਾ ਵੀ ਸਾਡੇ ਕੋਲ ਤਾਂ ਕੁਛ ਨਹੀਂ ਰਿਹਾ, ਪਰ ਜਦੋਂ ਫਿਰ ਅਸੀਂ ਤੁਹਾਡੇ ਵੱਲ ਦੇਖਦੇ ਹਾਂ ਤੇ ਉਦੋਂ ਸਾਡਾ ਫਿਰ ਥੋੜ੍ਹਾ ਜਿਹਾ ਹੌਸਲਾ ਵੱਧਦਾ ਵੀ ਨਹੀਂ ਸਿੱਧੂ ਆਪਾਂ ਨੂੰ ਬਹੁਤ ਕੁਛ ਛੱਡ ਕੇ ਗਏ। ਵਿੱਚ ਦੋ ਦਿਨ ਹੋ ਗਏ ਮੈਂ ਕਮੈਂਟ ਜਿਹਾ ਪੜ੍ਹਿਆ, ਕਹਿੰਦੇ ਸਿੱਧੂ ਦਾ ਡੈਡੀ ਤਾਂ ਕਿ ਫੇਮ ਭਾਲਦਾ, ਕਿ ਕਾਂਗਰਸ ਦਾ ਬੰਦਾ ਹੋਣ ਕਰਕੇ ਫੇਮ ਭਾਲਦਾ। ਦੇਖੋ ਕਿਸੇ ਦਾ ਨੌਜਵਾਨ ਪੁੱਤ ਮਰਿਆ ਹੋਵੇ ਤੇ ਇੱਥੇ ਵੀ ਪਾਰਟੀਬਾਜ਼ੀ ਕਰੂਗਾ ਉਹ ਬੰਦਾ। ਮੈਨੂੰ ਘਿਣ ਆਉਂਦੀ ਹੈ ਇਹੋ ਜਿਹੇ ਲੋਕਾਂ ਦੇ ਜਿਹੜੇ ਇੱਦਾਂ ਦੇ ਕਮੈਂਟ ਕਰਦੇ ਨੇ। ਸੋ ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗੀ, ਭਰਾਓ ਸਾਡਾ ਪੁੱਤ ਮਰਿਆ ਹੋਇਆ, ਅਸੀਂ ਫੇਮ ਨਹੀਂ ਲੈਂਦੇ, ਅਸੀਂ ਤਾਂ ਉਹਦਾ ਦੁੱਖੜਾ ਰੋਂਦੇ ਹਾਂ ਲੋਕਾਂ ਦੇ ਅੱਗੇ ਵੀ, ਸਰਕਾਰਾਂ ਅੱਗੇ ਵੀ। ਹੁਣ ਸਾਰਾ ਕੁਛ ਸਰਕਾਰਾਂ ਦੇ ਹੱਥ ਹੈ, ਉਹ ਕੁਛ ਵੀ ਕਰ ਸਕਦੇ ਨੇ, ਜੇ ਉਹ ਪੁਲਿਸ ਨੂੰ ਪਾਵਰ ਦੇਣ ਸਭ ਕੁਛ ਹੋ ਸਕਦਾ। ਉਹ ਤਾਂ ਉਹਨਾਂ ਵਾਸਤੇ ਸਿਕਿਉਰਿਟੀਆਂ ਮੰਗੀ ਜਾਂਦੇ ਨੇ। ਜਿਹੜਾ ਬੰਦਾ ਸਾਡੇ ਬੱਚੇ ਦੀ ਮੌਤ 'ਤੇ ਮਖੌਲ ਉਡਾਉਂਦਾ ਸੀਗਾ ਵੀ ਪ੍ਰਿਆ ਵਰਤ ਦਾ ਟੋਪੀ ਵਾਲਾ ਕਿੱਲਾ, ਉਹਨੂੰ ਵਕੀਲਾਂ ਦੇ ਪੈਨਲ ਦੇ ਵਿੱਚ ਸ਼ਾਮਿਲ ਕਰਤਾ, ਕੀ ਅਸੀਂ ਸੋਚਾਂਗੇ ਵੀ ਸਾਨੂੰ ਇਨਸਾਫ ਮਿਲੂਗਾ ਉੱਥੋਂ? ਜਿਹੜੇ ਬੰਦੇ ਨੇ ਸਾਨੂੰ ਸਕਿਉਰਿਟੀ ਵਾਪਸ ਲੈ ਕੇ ਸਾਡੀ ਜਨਤਕ ਕੀਤੀ, ਉਹ ਬੰਦੇ ਨੂੰ ਚੰਗਾ ਅਹੁਦਾ ਦੇ ਕੇ ਬਰਾਜਮਾਨ ਕਰਤਾ ਸਰਕਾਰ ਨੇ, ਸਾਨੂੰ ਨਹੀਂ ਲੱਗਦਾ ਵੀ ਕੋਈ ਇਨਸਾਫ ਮਿਲੂਗਾ। ਬਾਕੀ ਜਿੰਨਾ ਕੁ ਆਪਣੇ ਹੱਥ ਹੈ ਆਪਾਂ ਤਾਂ ਕਰੀ ਜਾਂਦੇ ਹਾਂ ਸਾਰੇ ਭੈਣ ਭਾਈ, ਤੁਸੀਂ ਕੈਂਡਲ ਮਾਰਚ 'ਚ ਵੀ ਇਕੱਠੇ ਹੋਏ, ਪਰ ਅਸੀਂ ਟਿਕਣ ਵਾਲੇ ਨਹੀਂ। ਜੇ ਸਾਨੂੰ ਨਾ ਇਨਸਾਫ ਮਿਲਿਆ ਫਿਰ ਆਪਾਂ ਕੱਲ੍ਹ ਨੂੰ ਇੱਥੋਂ ਹੋਰ ਵੱਡਾ ਉਪਰਾਲਾ ਕਰਾਂਗੇ, ਜੇ ਨਾ ਫਿਰ ਵੀ ਨਾ ਮਿਲਿਆ ਤੇ ਫਿਰ ਤਾਂ ਸਾਨੂੰ ਸੜਕਾਂ 'ਤੇ ਉਤਰਨਾ ਪਊਗਾ। ਤੇ ਵਿੱਚ ਕੋਈ ਕਹਿੰਦਾ ਸੀ ਕਹਿੰਦਾ ਸੜਕ ਜੀ ਵਿਹਲੀ ਦੇਖ ਕੇ ਬਹਿ ਜਾਓ, ਬਾਕੀ ਤਾਂ ਸੜਕਾਂ ਤਾਂ ਨਿਆਣੇ ਨੂੰ ਰੋਕ ਛੱਡੀਆਂ ਨੇ, ਹੁਣ ਤੁਸੀਂ ਬਹਿ ਜਾਓ ਕੋਈ ਸੜਕ ਵਿਹਲੀ ਦੇਖ ਕੇ ਵੀ। ਪਲੀਜ਼ ਸਾਡੇ ਦੁੱਖ ਦੇ ਦਿਲ 'ਤੇ ਸੱਟ ਨਾ ਮਾਰੋ, ਅਸੀਂ ਬਹੁਤ ਦੁਖੀ ਹਾਂ। ਜੇ ਅਸੀਂ ਤੁਸੀਂ ਸਾਡਾ ਹੌਸਲਾ ਬਣੇ ਹੋ, ਅਸੀਂ ਤੁਹਾਨੂੰ ਦੇਖ ਕੇ ਤੁਹਾਡੇ ਕੋਲ ਅਸੀਂ ਆਪਦਾ ਦੁੱਖ ਸੁੱਖ ਰੋ ਲੈਂਦੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਬਾਹਲੇ ਸਟਰੋਂਗ ਹਾਂ। ਤੁਸੀਂ ਸਾਡੀ ਹਿੰਮਤ ਹੋ, ਤੁਸੀਂ ਉਹਦੇ ਕੈਂਡਲ ਮਾਰਚ ਦੇ ਵਿੱਚ ਇੰਨਾ ਵਧੀਆ ਸਾਡਾ ਸਾਥ ਦਿੱਤਾ, ਬਹੁਤ ਮਨ ਨੂੰ ਸਕੂਨ ਮਿਲਿਆ। ਲੁਧਿਆਣੇ ਵੀ ਪਰਸੋਂ ਸੀਗਾ, ਰਾਜਸਥਾਨ 'ਚ ਵੀ ਸੀਗਾ, ਅਤੇ ਹੁਣ ਰੋਜ਼ ਦੀ ਰੋਜ਼ ਵਿਚਾਰੇ ਸਾਨੂੰ ਪੋਸਟਾਂ ਪਾਉਂਦੇ ਵੀ ਅਸੀਂ ਵੀ ਕੈਂਡਲ ਮਾਰਚ ਕਰ ਰਹੇ ਹਾਂ। ਬਹੁਤ ਪਿਆਰ ਕਰਨ ਵਾਲੇ ਹੈਗੇ ਆ ਨਾ ਜਿਹੜੇ ਸ਼ੁਭਦੀਪ ਨੂੰ, ਸਾਨੂੰ ਮਾਣ ਮਹਿਸੂਸ ਹੁੰਦਾ ਵੀ ਸਾਡਾ ਸ਼ੁਭਦੀਪ ਸਾਨੂੰ ਇਹਨਾਂ ਵਿੱਚੋਂ ਦਿਸਦਾ। ਤੁਸੀਂ ਸਾਡੇ 'ਤੇ ਇੱਦਾਂ ਹੀ ਆਪਦੀ ਮਿਹਰ ਬਣਾ ਕੇ ਰੱਖਿਓ ਅਤੇ ਆਪਾਂ ਜੇ ਆਪਾਂ ਰੰਗਲਾ ਪੰਜਾਬ ਚਾਹੁੰਦੇ ਤਾਂ ਆਪਾਂ ਨੂੰ ਆਪ ਨੂੰ ਕੁਛ ਕਰਨਾ ਪੈਣਾ। ਰੰਗਲਾ ਪੰਜਾਬ ਤਾਂ ਫੇਰ ਬਣੂ, ਹੁਣ ਤਾਂ ਕਹਿੰਦੇ ਨੇ 1000 ਫੁੱਟ ਹੋਰ ਬਣਾ ਲਾਂਗੇ ਵੀ ਚੜ੍ਹਾਈ ਜਾਓ ਜਵਾਕਾਂ ਨੂੰ, ਬਾਹਰ ਪੰਜਾਬ 'ਚ ਛੱਡੂ ਹੀ ਨਾ ਕੋਈ। ਮੈਂ ਕਹਿਣਾ ਤਾਂ ਨਹੀਂ ਚਾਹੁੰਦੀ ਸੀ, ਪਰ ਜਿਸ ਦਿਨ ਇਹ ਆਮ ਆਦਮੀ ਪਾਰਟੀ
ਦਾ ਬਣਾਉਣਾ ਤੀਜ ਦਾ ਬਣਾਉਣਾ ਤੀਜ ਬਣਾਉਣੀ ਜਨਾਨੀਆਂ ਦਾ ਕੰਮ ਹੁੰਦਾ ਨਾ ਕਿ ਬੰਦਿਆਂ ਦਾ ਉੱਥੇ ਸਾਨੂੰ ਬਹੁਤ ਦੁੱਖ ਹੁੰਦਾ ਸੀ ਵੀ ਇਹਨਾਂ ਨੂੰ ਕਿਸੇ ਦੇ ਪੁੱਤ ਦਾ ਕੋਈ ਉਹ ਨਹੀਂ ਹੈ ਨਾ ਇਹ ਆਪਦੀ ਮਸਤੀ 'ਚ ਲੱਗੇ ਹੋਏ ਨੇ ਵੀ ਕਮ ਸੇ ਕਮ ਤੁਸੀਂ ਪੰਜਾਬ ਦੇ ਹਾਲਾਤ ਦੇਖੋ ਜਿੱਦਾਂ ਦੇ ਚਾਰ ਪੰਜ ਮਹੀਨੇ ਹੋ ਗਏ ਕਿੰਨੇ ਨੌਜਵਾਨਾਂ ਦਾ ਕਤਲ ਹੋ ਗਿਆ ਆਪਾਂ ਹੋਰ ਕਿੰਨੇ ਕੁ ਕਤਲ ਕਰਵਾਈ ਜਾਵਾਂਗੇ ਇਹ ਆਪਾਂ ਨੂੰ ਇਨਸਾਫ ਆਪ ਨੂੰ ਲੈਣਾ ਪੈਣਾ ਮੇਰੀ ਹੱਥ ਜੋੜ ਕੇ ਬਸ ਇਹੀ ਬੇਨਤੀ ਹੈ ਜਿੱਥੇ ਅਸੀਂ ਸੱਦਾ ਦੇਵਾਂਗੇ ਸਾਡਾ ਸਾਥ ਅਸੀਂ ਦੇਈ ਜਾਇਓ ਤੇ ਤੁਹਾਡੇ ਸਾਰੇ ਨਾਲ ਹੀ ਅਸੀਂ ਚੱਲ ਸਕਦੇ ਹਾਂ ਸਾਡਾ ਕੰਨਿਆਂ ਦਾ ਸਾਥੋਂ ਹੀ ਚੱਲਣਾ ਜੇ ਕਿਸੇ ਨੂੰ ਮੇਰੀ ਗੱਲ ਦਾ ਬੁਰਾ ਲੱਗਿਆ ਹੋਵੇ ਮਾਫ ਕਰਨਾ ਧੰਨਵਾਦ ਉਹ ਆਪਣੇ ਪਿੰਡਾਂ ਵਿੱਚ ਕਲੱਬ ਤਾਂ ਜ਼ਰੂਰ ਬਣਾ ਸਕਦੇ ਨੇ ਪਰ ਪਲੀਜ਼ ਟਰਸਟ ਨਾ ਕੋਈ ਬਣਾਓ ਤੇ ਇਹ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਲੱਬ ਬਣਾ ਲਓ ਜੀ ਉਹਦੇ ਨਾਮ ਤੇ ਜੀ ਨੇ ਬਣਾਉਣੇ ਜੇ ਆਪਾਂ ਨੂੰ ਆਪਣਾ ਇੰਨਾ ਕਹਿੰਦੇ ਨੇ ਵੀ ਆਪਾਂ ਨੂੰ ਸਤਿਕਾਰ ਕਰਦੇ ਆ ਜੀ ਦਾ ਤੇ ਉਹ ਕਲੱਬ ਬਣਾ ਲਓ ਜਿੱਥੋਂ ਤੱਕ ਸਾਡੀ ਜਿੰਨੀ ਕੁ ਸਾਡੇ ਤੋਂ ਹੋ ਸਕੀ ਅਸੀਂ ਮਦਦ ਵੀ ਕਰਦਿਆ ਕਰਾਂਗੇ ਪਰ ਟਰਸਟ ਤੋਂ ਥੋੜਾ ਜਿਹਾ ਉਹ ਨਾ ਕੰਮ ਕਰੀਏ